ਸਿਕਾਲ ਜੀ ਸਾਰਿਆਂ ਨੂੰ ਨਵੇਂ ਵਲੌਗ ਵਿੱਚ ਸਵਾਗਤ ਹੈ ਤੁਹਾਡਾ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਨਵੇਂ ਵਲੌਗ ਦੀ ਕਰਤੀ ਆਪਾਂ ਸਟਾਰਟਿੰਗ ਤੇ ਜੇ ਵਧੀਆ ਲੱਗਿਆ ਤਾਂ ਜ਼ਰੂਰ ਸ਼ੇਅਰ ਜ਼ਰੂਰ ਕਰਿਓ ਵਾ ਭਾਈ ਤੁਸੀਂ ਕਹਿੰਦੇ ਹੁੰਦੇ ਆ ਚਲ ਕੋਈ ਨਾ ਫਿਰ ਕਿਸੇ ਵਲੌਗ ਨੂੰ ਤੁਸੀਂ ਹੋਰ ਸਾਰੇ ਵਲੌਗ ਨੂੰ ਬਹੁਤ ਵਧੀਆ ਰਿਸਪੌਂਸ ਦੇ ਰਹੇ ਹੋ ਤੇ ਆਪਣੇ ਵਲੌਗ ਆਈ ਆਉਂਦੇ ਰਹਿਣਗੇ ਹੁਣ ਵੀ ਰੈਗੂਲਰ ਵੀ ਕਰ ਦਾਂਗੇ ਸ਼ੁਰੂ ਤੁਹਾਡੇ ਮਤਲਬ ਸਪੋਰਟ ਦੀ ਲੋੜ ਆ ਸਪੋਰਟ ਦੀ ਲੋੜ ਆ ਤੇ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ ਸ਼ੇਅਰ ਕਰ ਦਿਆ ਕਰੋ ਸਬਸਕ੍ਰਾਈਬ ਜ਼ਰੂਰ ਕਰ ਦਿਓ ਕਰੋ ਭਾਈ ਮੇਰੇ ਯਾਰ बठिंडे बठिंडे चले जाके मिलते हैं बीमार बंदा फ्रूट लेके आया अठ पीस लेके आया लेक ते आ गए अंदर नहीं आंदे बारों बारों देख के मुड़ांगे नाल केड़ा फ्रूट है उधर आहो खड़ा मैं सिकारा सिकारा लोग किश्तियां च बैठे ने यार हना गर्मी नहीं लगती होनी उन्होंने मैं कहानू लेक दिखा के लिया बारों बारों दिखा लिया पार्किंग चो हले गड्डी उतरी सी बस उसे खड़ के खा लो जो कुछ है गगू घोसा जहा दोबारे फिर जो खा खुलिया बह गए फिर गड्डी अभी कि लगी लेक सानू बारह तो सोहनी सी तेन सुमन कही है किश्ती चलानी ए धुप कि बठिंडे आ गए घरे ब्लॉग बने नी कुछ बड़ा ज्यादा सीधा घरे आ गई तू के लैके पै गया मैं उतर नू लेट हो गया गड्डी च मैं बड़ा फर्क पै गया है सच्ची थोड़े वास्ती दो भूआ ने आना रा एक भूआ तो कल शाम शाम आ गई सी छोटी भूआ सफाइया चली जाने ने रखड़िया करके भूआ ने आना समार की कर दो अभी चंगा कि कोई दाग रह ना जा भी गर्मी नहीं है ना उ जमी नहीं है गर्मी है सूट की करना कोई पुराना पालो है रविंदर फटके लेके आना मैं कितने आ चलो फिर मैं भाभी का सूट फट लिया वा फिर मिला रिश्तेदार छोटी भूआ का मुंडा सत श्रीकाल वाला सारे कह सत श्रीकाल नमोल वाली भूआ का मुंडा कोई ना चट्टा तेनू भी धोवे आ रात कोई गड्डी खड़ा गया पता नहीं कौन मैं ताप नहीं पता कौन मैं ताप टायर पेंचर हो गया कि टायर पेंचर लगता तो है नहीं हाँ वही टायर पेंचर हो गया रात खड़ा गया इतने कोई मोटरसाइकिल चलाएंगे साहब चला हक फिर
ਹੁਣ ਘਰੇ ਮੁੜ ਕੇ ਆਉਣੇ ਆ ਸੂਟ ਫੜ ਕੇ ਲਿਆਉਣੇ ਆ ਭਾਬੀ ਦਾ ਗਰਮੀ ਵਾਲੀ ਅੱਜ ਹਲੋ ਭਾਬੀ ਬੇਟਾ ਸੂਟ ਲਿਆਂਦਾ ਲੈ ਰੰਗ ਜਿਹਾ ਤਾਂ ਸੋਹਣਾ ਨਹੀਂ ਹੈਗਾ ਹੈਂ ਤੂੰ ਤਾਂ ਹਰੇਕ ਨੂੰ ਕਹਿ ਦਿੰਦਾ ਹੈ ਅੱਜ ਭੂਆ ਹੋਰੀਆਂ ਨੇ ਆਉਣਾ ਡਾਲੇ ਮੰਜੇ ਲੋਬੀ 'ਚ ਹੈ ਚਾਰ ਮੰਜੇ ਡਾਲੇ ਲੋਬੀ 'ਚ ਹੈ ਆਹ ਗੇਟ ਵੀ ਅੱਜ ਓਪਨ ਕਰਤਾ ਵੀ ਲੋਬੀ ਵੀ ਠੰਡੀ ਕਰਨੀ ਹੈ ਜੇ ਏਸੀ ਨਾਲ ਇਹ ਸਾਡੀ ਭੂਆ ਰਾਤ ਆ ਗਈ ਸੀ ਇੱਥੇ ਨੇ ਕੱਲ੍ਹ ਮੀਡੀਆ ਕਰਕੇ ਕਰਦੇ ਹੁੰਦੇ ਹੋ ਹੈਂ ਤੁਸੀਂ ਕਰਦੇ ਹੁੰਦੇ ਰੋਜ਼ ਸਹਿ ਮੈਨੂੰ ਲੱਗਦਾ ਆਪ ਕਰਨ ਲੱਗ ਗਿਆ ਹੋਊਗਾ ਹੈ ਉਪੜੇ ਲਈ ਆਪ ਕਰਾਉਂਦਾ ਹੈ ਨਹੀਂ ਇਹ ਤਾਂ ਉਹੀ ਬੈਠਾ ਮਰਿਆ ਵਿਆ ਦਾ ਤੁਸੀਂ ਨਹੀਂ ਕਹਿੰਦਾ ਲੰਘ ਜਾਓ ਲੰਘ ਜਾਓ ਹੈਂ ਨਹੀਂ ਕੁਛ ਨਹੀਂ ਕਹਿੰਦਾ ਡਰਦੇ ਡਰਦੇ ਕਿਉਂ ਐ ਮਾਰੋਗੇ ਸੱਪ ਨੂੰ ਲੈ ਬਬਲੀ ਡੰਡਾ ਮੈਨੂੰ ਤਾਂ ਆਪ ਡਰ ਲੱਗਦਾ ਅਰੇ ਅਰੇ ਡਰਪੋਕਲ ਨੇ ਢਿੱਲਵਾਂ ਦੇ ਕਬਾੜ ਵਾਲੇ ਨਾ ਜਿਉਂਦਾ ਹੈਗਾ ਉਹੀ ਡਰੀ ਜਾਂਦੀ ਹੈ ਜਿਲੇ ਖੜੀਆ ਹੈ ਕੰਪਲੀਟ ਵਿਚਾਰਾ ਮਾਰਦਾ ਓਏ ਏਡੀਆਂ ਭੂਆ ਆ ਗਈਆਂ ਇਹ ਸਾਰਿਆਂ ਨਾਲੋਂ ਵੱਡੀ ਭੂਆ ਮੇਰੀ ਅੱਜ ਥੋੜੀ ਛੋਟੀ ਹੈ ਮੈਂ ਸਤਿ ਸ਼੍ਰੀ ਅਕਾਲ ਬੁਲਾਓ ਇਹ ਸਾਰਿਆਂ ਨਾਲ ਛੋਟੀ ਭੂਆ ਇਹ ਭੂਆ ਦੀ ਕੁੜੀ ਦੀ ਕੁੜੀ ਹੈ ਮੈਂ ਆਪਦੇ ਹਿਸਾਬ ਨਾਲ ਕਹਿਣਾ ਹੁੰਦਾ ਮੈਂ ਵਾਓ ਮਿਠਾਈ ਹੋਰ ਆ ਗਈ ਉਹ ਕਹਿੰਦੇ ਅਸੀਂ ਪਤਲੇ ਹੋਣਾ ਜੇ ਰੱਖਣੀਆਂ ਆ ਗਈਆਂ ਸਗਨਾਂ ਦਾ ਦਿਨ ਚੜਿਆ ਉਹ ਗਰਦਾਰੀ ਫਿਰਦਾ ਬਾਰੇ ਵਾਓ ਮਿਲਕ ਕੇਕ ਮਾਈ ਫੇਵਰੇਟ ਪਤਲੇ ਨਹੀਂ ਹੋਣ ਦਿੰਦੇ ਹੈ ਰਿਸ਼ਤੇਦਾਰ ਕੀ ਬੰਦ ਪਲੇਟ ਕੀ ਡੈਕੋਰੇਸ਼ਨ ਹੋ ਰਹੀ ਹੈ ਫੁੱਲੋਂ ਕੇ ਸਾਥ ਹੈ ਆਪਣੇ ਹੀ ਸੀਗੇ ਗੁਲਾਬ ਹੈ ਨਹੀਂ ਸੀ ਸੋਹਣੇ ਲੱਗਦੇ ਆ ਫੁੱਲ ਫੁੱਲ ਤਾਂ ਉੱਡ ਗਏ ਆ ਜੋ ਕਿਹੜਾ ਸਾਹਿਬ ਤਾਂ ਬਹਿ ਗਏ ਕੋਮਲ ਨੇ ਲੜ ਕੇ ਡੈਡੀ ਵਾਲੀ ਵੀ ਲਿਖਾ ਲਈ ਮੈਂ ਤਾਂ ਵੰਡਣੀ ਹੈਗੀ ਆ ਸੀ ਹੁਣ ਜਿਹੜੀ ਡੈਡੀ ਤੋਂ ਲਿਖਾ ਲਈ ਹੁਣ ਇਹ ਵੀ ਬਣਾ ਲਾ ਪਸ ਕਰ ਇੱਕ ਹੀ ਫੁੱਲ ਜਿਹਾ ਰਹਿ ਗਿਆ ਸਰਗੁਣਾ ਇਹ ਕੀ ਰਿਵਾਜ ਆ ਮੈਂ ਸਾਰਿਆਂ ਦੇ ਬੰਨੀ ਹੁੰਦੇ ਆ ਇਹ ਲੜਪੀ ਵੀ ਮੇਰੇ ਨਹੀਂ ਬੰਨੀ ਸਾਹਿਬ ਜੀ ਗਲਾਇਆ ਆਪਣੇ ਕਬਰ
ਕੋਈ ਖਵਾਉ ਹੁਣ ਇਹਨੂੰ ਸਾਬਤੀ ਸਾਬਤੀ ਰਾਇ ਹੁਣ ਕੰਮ ਪੂਰਾ ਅੱਜ ਨਹੀਂ ਉਹ ਕੰਮ ਭੂਆ ਹੋਰਾਂ ਨੇ ਰੱਖੜੀਆਂ ਬੰਨਤੀਆਂ ਸੀਗੀਆਂ ਤੇ ਭਾਬੀ ਨੇ ਵੀ ਜਾਣਾ ਅੱਜ ਉਹਦੇ ਪਿੰਡ ਭਾਬੀ ਨੇ ਵੀ ਜਾਣਾ ਅੱਜ ਉਹਦੇ ਪਿੰਡ ਭੋਪਾਲੀ ਰੱਖੜੀਆਂ ਬੰਨਣ ਬਰਨਾਲੇ ਜਾਂਦੇ ਆ ਰੱਖੜੀਆਂ ਰੁਖੜੀਆਂ ਲੈਣ ਤੇ ਡੱਬੇ ਡੁੱਬੇ ਡੱਬੇ ਲੈਣ ਜਾਂਦੇ ਆ ਤੇ ਹੋਰ ਮਿਲਦੇ ਆ ਗਰਮੀ ਵਾਲੀ ਆ ਲੈਣੇ ਬਾਕੀ ਸੀ ਜੇ ਮੀਂਹ ਆ ਜੇ देख ला भिज के ले भाभी रखड़िया ਵਧੀਆ ਨੇ 14 ਰੱਖੜੀਆਂ ਨੇ ਮੋਬਾਈਲ ਦੇਖੋ ਰੱਖਿਆ ਇੱਥੇ ਰੱਖਿਆ ਮੋਬਾਈਲ ਓਏ ਹੈ ਅੱਜ ਤੱਕ ਅੱਡੀ ਨੂੰ ਉੱਥੇ ਰੱਖਿਆ ਲੈ ਪੰਨੀ ਸਰ ਕੋਣ ਪੰਨ ਏ ਏ ਏ ਏ ਏ ਰੋਂਦੀ ਹੈ ਇਹ ਪੰਨ 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 ਪੰਨਾ ਹੈ ਸਰ ਗੁਣ ਆ ਪੈਂਟ ਕੋਟ ਚੱਕ ਲਓ ਭਾਬੀ ਦੋਗ ਉੱਥੇ ਪਾਉਣੇ ਪੈ ਜਾਂਦੇ ਕਈ ਵਾਰੀ ਹੈ ਮੈਂ ਕਹਦਾ ਕਿ ਹਾਂ ਮੇਰੇ ਪੈਸੇ ਹੈ ਨਹੀਂ ਜੇਬਾਂ ਦਾ ਇੱਕ ਕਾਲਾ ਕੁੜਤਾ ਪਜਾਮਾ ਲੈ ਜਾਓ खट्टे खट्टे बन के आ गए देखी खट्टे खट्टे बन के आ गए फोटो नी लोटो फट ले आही एक थों आ गली है चलो जाओ हना बग जो पौना घंटा तो फोटो ती ला दें गड्डी धवाली चंगा जाके उत्थे ਮਾਰ ਕੇ ਧਵਾ ਲਿਓ ਚੰਗਾ ਠੀਕ ਹੈ ਓਕੇ ਜਾਓ ਹਾਂਜੀ ਇਹ ਸੀ ਆਪਣਾ ਅੱਜ ਦਾ ਵਲੌਗ ਇਹਦੀ ਆਪਾਂ ਹੁਣ ਇੱਥੇ ਕਰਨ ਲੱਗੇ ਹਾਂ ਐਂਡਿੰਗ ਜੇ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਵਲੌਗ ਕਿਵੇਂ ਲੱਗਿਆ ਅਤੇ ਹੋਰ ਨਵੇਂ ਨਵੇਂ ਵਲੌਗ ਦੇਖਣ ਲਈ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਤੇ ਇੰਸਟਾਗ੍ਰਾਮ ਵਾਲੀ ਆਈ ਡੀ ਵੀ ਜ਼ਰੂਰ ਫੋਲੋ ਕਰਿਓ ਉਹਦਾ ਨਾਮ ਵੀ ਬਾਬੇ ਕੇ ਵਨ ਹੈ ਮਹਿਕ ਦੀ ਹੈਗੀ ਹੈ ਮਹਿਕ ਢਿੱਲੋਂ 150 ਅਤੇ ਜੁੜੇ ਰਹੋ ਆਪਣੇ ਚੈਨਲ ਨਾਲ ਧੰਨਵਾਦ।